ਗੱਡੀ ਸਪੀਡ ਜ਼ਿਆਦਾ ਹੋਣ ਕਰਕੇ ਗੱਡੀ ਟੈਸਟ ਨੀਚੇ ਚਲੀ ਗਈ। ਮੌਕੇ ਤੇ ਸਵਾਰ ਚਾਰ ਮੈਂਬਰ ਸੀ, ਇਹਨਾਂ ਦੇ ਮੌਕੇ ਦੀ ਟੈਸਟ ਹੋ ਗਈ ਆ। ਦੁਬਾਰਾ ਬਣਾ ਦੇਣਾ ਸਾਰੇ ਦਿੱਲੀ ਤੋਂ ਆਉਂਦੇ ਪਏ ਸੀਗੇ ਜੀ, ਦਿੱਲੀ ਤੋਂ ਵਾਪਸ ਆਉਂਦੇ ਪਏ ਸੀਗੇ ਆਪਣੀ ਫੈਮਿਲੀ ਨੂੰ ਕਰਕੇ। ਉਸ ਤੋਂ ਬਾਅਦ ਵਾਪਸ ਆਏ ਆ ਇਹ, ਅਤੇ ਆ ਕੇ ਹੁਣ ਸਵੇਰੇ ਆਇਆ ਪੂਰੀ ਫੈਮਿਲੀ ਸੀਗੀ ਜੀ, ਅਤੇ ਫਿਰ ਪਪਾ ਜੀ ਸੀਗੇ ਪਿੱਛੇ ਵਿਡੋਲ ਵਾਲੇ, ਉਹਨਾਂ ਦੀ ਘਰ ਵਾਲੀ ਸੀ, ਉਹਨਾਂ ਦੇ ਦੋਨੋਂ ਬੱਚੇ ਸੀਗੇ ਜੀ, ਅਤੇ ਕੁੰਦ ਦੇ ਕਾਰਨ ਐਕਸੀਡੈਂਟ ਹੋ ਗਿਆ ਜੀ ਜਿਹੜਾ ਵੀ ਹੈਗਾ। ਕਿੰਨੀ ਉਮਰ ਸੀਗੀ ਬੱਚਿਆਂ ਦੀ ਸਰ? ਬੱਚਿਆਂ ਦੀ ਉਮਰ, ਇੱਕ ਦੀ ਉਮਰ 14-15 ਸਾਲ ਸੀਗੀ ਜੀ, ਬੇਟੇ ਦੀ ਉਮਰ 19-20 ਸਾਲ ਸੀਗੀ। ਅਤੇ ਜਿਹੜੇ ਹਸਬੈਂਡ ਵਾਈਫ ਸੀਗੇ ਉਹਨਾਂ ਦੀ? ਉਹਨਾਂ ਦੀ ਉਮਰ ਹੋ ਗਈ ਜੀ 50 ਦੇ ਨਾ 44-45 ਦੇ ਕਰੀਬ ਹੋ ਗਈ ਜੀ। ਬੱਚੇ ਪੜ੍ਹਦੇ ਸੀ ਮੋਗੇ? ਬੱਚੇ ਮੋਗੇ ਪੜ੍ਹਦੇ ਸੀਗੇ ਜੀ। ਇਹ ਹਾਦਸਾ ਇੱਥੇ ਟੈਕਸੀ ਕਰਕੇ ਟਰੱਕ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀਗਾ, ਜਿਹੜੀ ਫੀਅਰ ਕਾਰ ਸੀ ਉਹ ਵੀ ਲੁਧਿਆਣੇ ਵਾਲੀ ਸਾਈਡ ਤੋਂ ਆ ਰਹੀ ਸੀਗੀ। ਗੱਡੀ ਸਪੀਡ ਜ਼ਿਆਦਾ ਹੋਣ ਕਰਕੇ ਗੱਡੀ ਟਰੱਕ ਨੀਚੇ ਚਲੀ ਗਈ। ਮੌਕੇ 'ਤੇ ਸਵਾਰ ਚਾਰ ਮੈਂਬਰ ਸੀ, ਜਿਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਆ। ਕਿੱਥੋਂ ਦੇ ਰਹਿਣ ਵਾਲੇ ਸੀ? ਮੋਗੇ ਦੇ ਰਹਿਣ ਵਾਲੇ ਸੀ। ਅਤੇ ਕਿੰਨੀ ਉਮਰ ਸੀ, ਕੀ ਨਾਮ ਸੀਗੇ ਜੀ ਇਹਨਾਂ ਦੇ? ਜਿਹੜਾ ਡਰਾਈਵਰ ਸੀਗਾ ਗੱਡੀ ਦਾ ਉਹ ਰਜੀਵ ਮਿੱਤਲ ਸੀਗਾ, ਉਹਦੀ ਉਮਰ ਹੈਗੀ ਸੀ 45 ਸਾਲ। ਇੱਕ ਦੀ ਰਜੀਵ ਮਿੱਤਲ ਦੀ ਵਾਈਫ ਸੀ ਮੰਜੂ ਮਿੱਤਲ, ਉਹਦੀ ਏਜ ਹੈਗੀ 40 ਸਾਲ। ਇੱਕ ਇਹਨਾਂ ਦੇ ਬੇਟਾ NBT ਸੀ 17 ਸਾਲ। ਮੇਨ ਕਾਰਨ ਕੀ ਆ ਜੀ ਹਾਦਸੇ ਦਾ? ਇੱਕ ਜ਼ਿਆਦਾ ਧੁੰਦ ਜ਼ਿਆਦਾ ਸੀਗੀ, ਸਪੀਡ ਜ਼ਿਆਦਾ ਸੀਗੀ ਜੀ, ਬਾਕੀ ਵੈਰੀਫਾਈ ਕਰ ਰਹੇ ਹਾਂ। ਅਤੇ ਹੁਣ ਪੁਲਿਸ ਵੱਲੋਂ ਕੀ ਫਰਦਰ ਲਾਸ਼ਾਂ ਜਿਹੜੀਆਂ? ਪਰਿਵਾਰਕ ਮੈਂਬਰ ਆ ਗਏ ਆ ਡੈੱਡ ਬੋਡੀਆਂ ਕਢਵਾ ਕੇ, ਸਿਵਲ ਹਸਪੀਟਲ ਆਪਾਂ ਭੇਜ ਦਿੱਤੀਆਂ ਪੋਸਟਮਾਰਟਮ ਲਈ। ਕਿੰਨਾ ਕੁ ਸਮਾਂ ਲੱਗਿਆ ਜੀ ਡੈੱਡ ਬੋਡੀਆਂ? ਡੈੱਡ ਬੋਡੀਆਂ ਤੋਂ ਤਕਰੀਬਨ 20-25 ਮਿੰਟ ਦਾ ਸਮਾਂ ਲੱਗ ਹੀ ਗਿਆ ਕੱਢਣ 'ਤੇ, ਕਿਉਂਕਿ ਐਕਸੀਡੈਂਟ ਕਾਫੀ ਜ਼ਿਆਦਾ ਹੈ ਜੀ। ਜੀ ਹੋਇਆ ਕਿਸ ਤਰ੍ਹਾਂ? ਪਹਿਲਾਂ ਤਾਂ ਗੁਰੂ ਸਾਹਿਬ ਦੀ ਬਾਛੋ ਹੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8:30 ਵਜੇ ਜੀ ਮੈਨੂੰ ਐਮਰਜੈਂਸੀ ਕਾਲ ਆਈ ਸੀ ਇੱਥੇ ਜਸਵਿੰਦਰ ਸਿੰਘ ਵੀਰ ਜੀ ਦੀ, ਵੀ ਮਹਿਣੇ ਕੋਲ ਐਕਸੀਡੈਂਟ ਹੋਇਆ ਬਹੁਤ ਹੀ ਭਿਆਨਕ, ਅਤੇ ਉਹਦੇ ਵਿੱਚ 4-5 ਜਿਹੜੇ ਵੀਰ ਸੀਗੇ ਜਾਂ ਭੈਣ ਸੀ ਸਾਡੀ, ਉਹ ਡੈੱਡ ਹੋਏ ਜੀ। ਇਹ ਦਿੱਲੀ ਤੋਂ ਆ ਰਹੇ ਸੀ। ਕਿੰਨੇ ਬੰਦੇ ਸੀ ਟੋਟਲ ਵਿੱਚ ਜੀ? ਟੋਟਲ 4 ਬੰਦੇ ਸੀ, ਇਹਦੇ ਵਿੱਚ ਇੱਕ ਲੇਡੀਜ਼ ਸੀਗਾ, ਲੇਡੀਜ਼ ਸੀ, ਅਤੇ 3 ਕਰੀਬ ਕਹਿ ਲਓ ਵੀ 25 ਦੇ 30 ਦੇ ਕਰੀਬ ਇਹਨਾਂ ਦੀ ਉਮਰ ਸੀਗੀ, ਅਤੇ ਆਪਣੇ ਰੇਲਵੇ ਰੋਡ 'ਤੇ ਇਹ ਰਹਿੰਦੇ ਸੀ, ਦਿੱਲੀ ਤੋਂ ਆ ਰਹੇ ਸੀਗੇ। ਕਿੱਥੋਂ ਦੇ ਸੀਗੇ ਰਹਿਣ ਵਾਲੇ? ਇਹ ਮੋਗਾ ਜੀ, ਮੋਗਾ ਰੇਲਵੇ ਰੋਡ ਤੋਂ। ਹੋਇਆ ਕਿਸ ਤਰ੍ਹਾਂ ਐਕਸੀਡੈਂਟ? ਗੱਡੀ ਟਰੱਕ ਖੜਾ ਸੀਗਾ ਸਿਲੰਡਰਾਂ ਨਾਲ ਭਰਿਆ ਹੋਇਆ, ਅਤੇ ਪਿੱਛੋਂ ਗੱਡੀ ਦਿੱਲੀ ਤੋਂ ਆ ਰਹੀ ਸੀਗੀ, ਕਿਉਂਕਿ ਧੁੰਦ ਵੀ ਬਹੁਤ ਜ਼ਿਆਦਾ ਸੀ, ਵੀ ਅਸੀਂ ਵੀ ਮੁਸ਼ਕਿਲ ਨਾਲ ਇੱਥੇ ਪਹੁੰਚੇ ਹਾਂ, ਸੰਘਰੀ ਧੁੰਦ ਹੋਣ ਦੀ ਵਜ੍ਹਾ ਕਰਕੇ ਇਹ ਐਕਸੀਡੈਂਟ ਹੋਇਆ ਜੀ। ਬਹੁਤ ਹੀ ਦਰਦਨਾਕ ਹਾਦਸਾ ਸੀ, ਜਿਹੜਾ ਕਹਿ ਲਓ ਕਰੀਬ 2-2.5 ਘੰਟੇ ਹੋ ਗਏ ਆ। ਜਿਹੜੀ ਖਾਸ ਸਮਾਜ ਸੇਵਾ ਸੁਸਾਇਟੀ ਆ, ਤਾਂ ਜਾਨੀ ਦੀ ਸਮੁੱਚੀ ਸੰਗਤ ਆ, ਇਹਨਾਂ ਦੇ ਸਹਿਯੋਗ ਨਾਲ ਜਾਂ ਸਾਡੇ ਵੀਰ ਆ, ਉਹਨਾਂ ਨੇ ਸਾਨੂੰ ਸਹਿਯੋਗ। ਕਿੰਨਾ ਚਿਰ ਲੱਗਿਆ ਲਾਸ਼ਾਂ ਕੱਢਣ ਨੂੰ? ਬਾਅਦ 2-2.5 ਘੰਟੇ ਦੇ ਕਰੀਬ ਲੱਗ ਗਏ ਜੀ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ